ਗੁਰਦੇਵ ਸਿੰਘ ਦੇਬੀ ਬੈਠਾ ਆ, ਆ ਮੂਹਰੇ ਤੁਸੀਂ ਦੇਖ ਸਕਦੇ ਪੰਡਾਲ ਵੱਜਿਆ ਸਾਰਾ। ਬੇਸਿਕਲੀ ਗੁਰਦੇਵ ਸਿੰਘ ਦੇਬੀ ਵਾਜ਼ ਦਾ ਕ੍ਰੀਏਸ਼ਨ ਆਫ ਸੁਖਪਾਲ ਖਹਿਰਾ, ਉਹਨਾਂ ਦੀ ਕ੍ਰੀਏਸ਼ਨ ਸੀਗੀ। ਉਹਦਾ ਮੇਨ ਪਰਪਸ ਸੀ ਨਸ਼ਾ ਵੇਚਣਾ, ਉਹ ਤੋਂ ਪੈਸੇ ਲਿਆਉਣੇ, ਪੈਸੇ ਲਿਆ ਕੇ ਇਹਨਾਂ ਦੀ ਇਲੈਕਸ਼ਨ 'ਚ ਇਹਨਾਂ ਦੀ ਲਗਜ਼ਰੀ ਨੂੰ ਸਪੋਰਟ ਕਰਨਾ। 6.5 ਕਰੋੜ ਦਾ ਜਿਹੜਾ ਆ ਇਹਨਾਂ ਦਾ ਉਹ ਖਰਚਾ ਜਿਹੜਾ ਆ ਔਨ ਰਿਕਾਰਡ ਆ ਗਿਆ, ਉਹ ਆ ਗਿਆ ਰਿਕਾਰਡ 'ਤੇ। ਉਹ 'ਚੋਂ 3 ਕਰੋੜ ਇਹਨਾਂ ਜਸਟੀਫਾਈ ਇਹ ਕੀਤਾ 6 ਸਾਲਾਂ 'ਚ, ਇਹ ਮੇਰੀ ਖੇਤੀ ਤੋਂ ਆਮਦਨ ਹੈ, ਖੇਤੀ ਤੋਂ ਆਮਦਨ ਹੋ ਗਈ। 3.5 ਕਰੋੜ ਜਿਹੜਾ ਆ ਉਹ ਕਿੱਥੋਂ ਆਇਆ? ਕਿ ਲੋਅਰ ਕੋਰਟ ਜਿਹੜਾ ਆ ਸੁਪਰੀਮ ਕੋਰਟ ਦੇ ਸਾਹਮਣੇ ਖੜ ਸਕਦਾ? ਲੋਅਰ ਕੋਰਟ ਨੇ ਇਹਨਾਂ ਦੀ ਡਿਸਚਾਰਜ ਦੀ ਐਪਲੀਕੇਸ਼ਨ ਡਿਸਮਿਸ ਕਰਤੀ। ਸੁਪਰੀਮ ਕੋਰਟ ਦੇ ਵਿੱਚ ਮੇਰਾ ਕੇਸ ਜਿਹੜਾ ਕੁਐਸ਼ ਕੇਸ ਥੋੜ੍ਹਾ ਹੋਇਆ ਜੀ, ਸੰਮਣ ਹੋਇਆ। ਸੰਮਣ ਹੁੰਦਾ ਇੱਕ ਪਾਰਟ, ਮੇਨ ਕੇਸ ਤਾਂ FIR 35 ਆ, ਉਹ ਥੋੜ੍ਹਾ ਉਹਦੇ 'ਤੇ ਥੋੜ੍ਹਾ ਸਟੇਅ ਲੱਗ ਗਿਆ। ਜੇ ਉਹ ਕੁਐਸ਼ ਹੋ ਗਿਆ, ਜੇ ਇਹ ਕਹਿ ਰਹੇ ਆ, ਫਿਰ ਗੁਰਦੇਵ ਸਿੰਘ ਦੇਬੀ ਜੇਲ੍ਹ 'ਚ ਕੀ ਕਰਦਾ? ਰੋਪੜ ਜੇਲ੍ਹ 'ਚ ਉਹਨੂੰ ਵੀ ਬਾਹਰ ਲਿਆਓ। ਫਿਰ ਇਹਦਾ ਮਤਲਬ ਕਿ ਗੁਰਦੇਵ ਸਿੰਘ ਦੇਬੀ ਵੀ ਗੁਨਾਹਗਾਰ ਨਹੀਂ ਆ। ਕਲੀਅਰ ਗੱਲ ਦੱਸਦਾ ਜੀ, ਨੋਨ ਅਵੇਲੇਬਲ ਜਿਹੜੇ ਹੁੰਦੇ ਆ ਨਾ, ਜਿਹੜੇ ਵੀ ਸੈਕਸ਼ਨਸ, ਉਹਦੇ ਵਿੱਚ ਪੁਲਿਸ ਨੂੰ ਜੇ ਇਹ ਲੱਗੇ ਦੇਰ ਇਜ਼ ਸਸਪੀਸ਼ਨ, ਉਹਨਾਂ ਨੂੰ ਇਹ ਉਸ ਗੱਲ ਤੋਂ ਕਨਵਿੰਸ ਹੋਣ ਕਿ ਇਹ ਬੰਦਾ ਭੱਜ ਸਕਦਾ ਆ, ਉੱਥੇ ਵਾਰੰਟ ਦੀ ਜਾਂ ਸੰਬੰਧ ਦੀ ਲੋੜ ਨਹੀਂ। ਅਪੁਆਇੰਟਮੈਂਟ ਜਾ ਕੇ ਥੋੜ੍ਹਾ ਲੈਣੀ ਆ, ਅਮੈਰੀਕਾ ਜਾਂ ਕੈਨੇਡਾ ਜਾ ਕੇ ਥੋੜ੍ਹਾ ਅਪੁਆਇੰਟਮੈਂਟ ਲਵੋਗੇ। ਉੱਥੇ ਸਗੋਂ ਮੈਂ ਕਹਿੰਦਾ ਕੈਨੇਡਾ ਅਮੈਰੀਕਾ ਵਾਲੇ ਤਾਂ ਇੰਡੀਆ ਇਲਾਜ ਕਰਾਉਣ ਆਉਂਦੇ, ਇਹ ਪਹਿਲਾ ਬੰਦਾ ਜਿਹੜਾ ਬਾਹਰ ਜਾ ਰਿਹਾ, ਇੱਥੋਂ ਬਾਹਰ ਜਾਣਾ ਆ, ਉੱਥੇ ਜਾ ਕੇ ਇਲਾਜ ਕਰਾਉਣਾ ਆ। ਉੱਥੇ ਦਾ ਇਲਾਜ ਇੰਨਾ ਜ਼ਿਆਦਾ ਮਹਿੰਗਾ ਆ, ਇਹਨਾਂ ਦੀ ਇਨਕਮ ਟੈਕਸ ਰਿਟਰਨ ਹੈਗੀ 4 ਲੱਖ, 4 ਲੱਖ ਦੇ ਵਿੱਚ ਟਿਕਟ ਵੀ ਕਰਾਉਣੀ, ਉੱਥੇ ਜਾਣਾ ਵੀ ਆ ਅਤੇ ਇਲਾਜ ਵੀ ਕਰਾਉਣਾ ਆ, ਅਫੋਰਡ ਕਰ ਸਕਦਾ ਬੰਦਾ? ਪਰਪਸ ਕੀ ਲੱਗਦਾ? ਅਤੇ ਨਾਲੇ ਉਸ ਜਿਹੜਾ ਅਲਾਓ ਕੀਤਾ ਕੋਰਟ ਨੇ, ਉਸ ਤੋਂ ਬਾਅਦ ਅਗਲੀ ਤਰੀਕ ਪਾਈ ਸੀ ਕਿ ਲਿਆ ਵੀ ਡਾਕੂਮੈਂਟ ਦੇ, ਔਡਰ ਪਿਆ ਮੇਰੇ ਕੋਲ, ਉਸ ਦਿਨ ਪੇਸ਼ ਕਿਉਂ ਨਹੀਂ ਹੋਇਆ? ਅਰੈਸਟ ਥੋੜ੍ਹਾ ਸੀ ਉਸ ਦਿਨ ਇਹ, ਮਤਲਬ ਗੱਲ ਜਿਹੜੀ ਅਸਲ 'ਚ ਨਸ਼ਾ ਵੇਚਣ ਦੀ ਜਿਹੜਾ ਅਸਲੀ ਸੀਗਾ ਜਿਹੜਾ, ਕਿਉਂਕਿ ਗਿਲਟੀ ਉਸ ਚੀਜ਼ ਦੇ, ਜੇ ਗਿਲਟੀ ਨਾ ਹੋਣ ਤਾਂ ਟ੍ਰਾਇਲ ਫੀਸ ਕਰਨ ਤੋਂ ਕਿਉਂ ਭੱਜੀ ਜਾਂਦੇ? ਕਦੀ ਸੁਪਰੀਮ ਕੋਰਟ ਚੱਲ ਜਾ, ਕਦੀ ਹਾਈ ਕੋਰਟ ਚੱਲ ਜਾ। ਇੱਕ ਨਾਲੇ ਉਹ ਜਿਹੜੀ ਕੈਂਸਰ ਵਾਲੀ ਗੱਲ ਕਰਦੇ ਆ, ਜੇ ਇਹਨਾਂ ਨੂੰ ਕੈਂਸਰ ਹੈਗਾ ਆ, ਇਹਨਾਂ ਪਹਿਲਾਂ ਵੀ ਗਰਾਊਂਡ ਲਿਆ ਸੀ, ਤਾਂ ਇਹ ਤਰੀਕ 'ਤੇ ਪੇਸ਼ ਕਿਉਂ ਨਹੀਂ ਹੋਏ? ਅਲਾਓ ਕਰਤਾ ਹੀ, ਉਹਨਾਂ ਕੰਡੀਸ਼ਨ ਰੱਖਤੀ ਕਿ ਸਬਜੈਕਟਡ ਟੂ। ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਅਤੇ ਮੈਂ ਸ਼ੈਸ਼ਮ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਬੀਤੇ ਦਿਨ ਸੁਖਪਾਲ ਖਹਿਰਾ ਦੀ 2015 ਦੇ NDPS ਮਾਮਲੇ ਦੇ ਵਿੱਚ ਗ੍ਰਿਫਤਾਰੀ ਹੁੰਦੀ ਆ, ਉਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਭਖਦਾ ਜਾ ਰਿਹਾ। ਇਸ ਵਕਤ ਮੇਰੇ ਨਾਲ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਮੌਜੂਦ ਨੇ, ਜਿਨ੍ਹਾਂ ਦੇ ਪਿਤਾ ਜੀ ਨੇ ਸੁਖਪਾਲ ਖਹਿਰਾ ਦੇ ਖਿਲਾਫ ਭੁਲੱਤ ਤੋਂ ਇਲੈਕਸ਼ਨ ਵੀ ਲੜੀ ਸੀ ਅਤੇ ਅੱਜ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ, ਅਤੇ ਕੁਝ ਵੀਡੀਓ ਦੇ ਨਾਲ ਉਹ ਕਹਿੰਦੇ ਨੇ ਕਿ ਮੈਂ ਸੁਖਪਾਲ ਖਹਿਰਾ ਕਿਸ ਤਰੀਕੇ ਦੇ ਨਾਲ ਇਸ NDPS ਐਕਟ ਦਾ ਜਿਹੜਾ ਉਹਨਾਂ 'ਤੇ ਲੱਗਿਆ ਉਸਦੇ ਵਿੱਚ ਕਿਵੇਂ ਗੁਨਾਹਗਾਰ ਨੇ ਉਹ ਸਾਬਤ ਕਰਾਂਗੇ। ਇਸ ਵਕਤ ਮੇਰੇ ਨਾਲ ਮੌਜੂਦ ਨੇ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਥੈਂਕ ਯੂ ਸੋ ਮਚ। ਪਹਿਲਾਂ ਆਪਾਂ ਵੀਡੀਓ ਤੋਂ ਸ਼ੁਰੂਆਤ ਕਰਦੇ ਹਾਂ, ਕਿਹੜੀਆਂ ਅੱਜ ਤੁਸੀਂ ਵੀਡੀਓ ਦੇ ਨਾਲ ਖੁਲਾਸੇ ਕਰਨੇ? ਵੀਡੀਓ ਦੇਖ ਸਕਦੇ ਹਾਂ ਸੁਖਪਾਲ ਖਹਿਰਾ ਦੀ, ਇਹ ਗੁਰਦੇਵ ਸਿੰਘ ਦੇਬੀ ਦੇ ਨਾਲ ਉਹਨਾਂ ਦੀ ਇਲੈਕਸ਼ਨ ਕੰਪੇਨਿੰਗ। ਆ ਗੁਰਦੇਵ ਸਿੰਘ ਦੇਬੀ ਹੈ ਜੀ। ਜੀ ਜੀ, ਤੁਸੀਂ ਇਹ ਦੇਖ ਸਕਦੇ ਇਹਦੇ ਵਿੱਚ ਇਹ ਜਿਹੜੀ ਰੈਲੀ ਕਰਵਾਈ ਹੈ ਗੁਰਦੇਵ ਸਿੰਘ ਦੇਬੀ ਨੇ, ਇਲੈਕਸ਼ਨ ਕੰਪੇਨਿੰਗ, ਇਹਦੇ 'ਚ ਇਹਨਾਂ ਦੇ ਬੇਟੇ ਵੀ ਆ, ਆ ਗੁਰਦੇਵ ਸਿੰਘ ਦੇਬੀ ਬੈਠਾ ਆ, ਆ ਮੂਹਰੇ ਤੁਸੀਂ ਦੇਖ ਸਕਦੇ ਪੰਡਾਲ ਵੱਜਿਆ ਸਾਰਾ। ਬੇਸਿਕਲੀ ਗੁਰਦੇਵ ਸਿੰਘ ਦੇਬੀ ਵਾਜ਼ ਦਾ ਕ੍ਰੀਏਸ਼ਨ ਆਫ ਸੁਖਪਾਲ ਖਹਿਰਾ, ਉਹਨਾਂ ਦੀ ਕ੍ਰੀਏਸ਼ਨ ਸੀਗੀ। ਉਹਦਾ ਮੇਨ ਪਰਪਸ ਸੀ ਨਸ਼ਾ ਵੇਚਣਾ, ਉਹ ਤੋਂ ਪੈਸੇ ਲਿਆਉਣੇ, ਪੈਸੇ ਲਿਆ ਕੇ ਇਹਨਾਂ ਦੀ ਇਲੈਕਸ਼ਨ 'ਚ ਇਹਨਾਂ ਦੀ ਲਗਜ਼ਰੀ ਨੂੰ ਸਪੋਰਟ ਕਰਨਾ। ਉਹ ਤਾਂ ਆਪ ਹੀ ਗੱਲ ਕਹਿੰਦੇ ਨੇ ਕਿ ਮੇਰੇ ਨਾਲ ਉਹਦੇ ਲਿੰਕ ਸੀਗੇ, ਮੈਂ ਇੱਕ ਇਲੈਕਸ਼ਨ ਲੜੀ ਆ, ਹਲਕੇ ਦੇ ਸਾਰੇ ਲੋਕ ਮੈਨੂੰ ਜਾਣਦੇ ਨੇ, ਤੁਹਾਡੇ ਪਿਤਾ ਜੀ ਨੇ ਵੀ ਇਲੈਕਸ਼ਨ ਲੜੀ ਹੈ, ਹੋ ਸਕਦਾ ਕੋਈ ਹੋਰ ਜਿਹੜਾ ਤੁਹਾਡੇ ਪਿਤਾ ਦੀ ਸਪੋਰਟ ਕਰਦਾ ਹੋਵੇ ਉਹਦੇ ਕੋਈ ਮਨਸੂਬੇ ਗਲਤ ਹੋਣ, ਇਸ ਦੇ ਨਾਲ ਇਹ ਕਿਵੇਂ ਸਾਬਿਤ ਹੁੰਦਾ ਹੈ ਕਿ ਸੁਖਪਾਲ ਖਹਿਰਾ ਵੀ ਗਲਤ ਸੀ? ਦੇਖੋ ਜੀ, ਮੇਰੇ ਪਿਤਾ ਜੀ ਜੇ ਇਲੈਕਸ਼ਨ ਲੜੇ ਆ ਤਾਂ ਮੇਰੇ ਪਿਤਾ ਜੀ ਲਈ ਪੈਸੇ ਕੋਈ ਹੋਰ ਥੋੜ੍ਹਾ ਲਾ ਰਿਹਾ, ਪੈਸੇ ਤਾਂ ਅਸੀਂ ਆਪ ਖਰਚ ਕਰਦੇ ਹਾਂ। ਕੋਈ ਜਿਹੜਾ ਵੀ ਇਲੈਕਸ਼ਨ ਫੰਡ ਤਾਂ ਬੰਦਾ ਲੈਂਦਾ, ਇਲੈਕਸ਼ਨ ਫੰਡ ਜੇ ਲੈਂਦਾ ਆ, ਕੋਈ ਗੱਡੀਆਂ ਥੋੜ੍ਹਾ ਦੇ ਦਿੰਦਾ ਆਪਣੀਆਂ, ਤੁਹਾਡੇ ਘਰ ਦੀਆਂ ਸਬਜ਼ੀ ਸਮਾਨ, ਤੁਹਾਡੇ ਸ਼ੂ, ਤੁਹਾਡੀ ਚੀਜ਼ਾਂ ਦੇ ਖਰਚੇ ਥੋੜ੍ਹਾ ਚੱਕੂਗਾ। ਮੈਂ ਤੁਹਾਨੂੰ ਇਹ ਡਿਫਰੈਂਸ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇੱਕ ਬੰਦਾ, ਗੱਲ ਦੇ ਸਬੂਤ ਹੈਗੇ ਨੇ ਕਿ ਸਾਰੇ ਖਰਚੇ, ਡੈਫੀਨੇਟਲੀ 6.5 ਕਰੋੜ ਦਾ ਜਿਹੜਾ ਆ ਇਹਨਾਂ ਦਾ ਉਹ ਖਰਚਾ ਜਿਹੜਾ ਆ ਔਨ ਰਿਕਾਰਡ ਆ ਗਿਆ, ਉਹ ਆ ਗਿਆ ਰਿਕਾਰਡ 'ਤੇ। ਉਹ 'ਚੋਂ 3 ਕਰੋੜ ਇਹਨਾਂ ਜਸਟੀਫਾਈ ਇਹ ਕੀਤਾ 6 ਸਾਲਾਂ 'ਚ, ਇਹ ਮੇਰੀ ਖੇਤੀ ਤੋਂ ਆਮਦਨ ਆ, ਖੇਤੀ ਤੋਂ ਆਮਦਨ ਹੋ ਗਈ। 3.5 ਕਰੋੜ ਜਿਹੜਾ ਆ ਉਹ ਕਿੱਥੋਂ ਆਇਆ? ਉਹ ਬੇਸਿਕਲੀ ਉਹ 6 ਸਾਲ ਦੇ ਸਲੋਟ ਦੇ ਵਿੱਚ ਉਹ ਖਰਚਾ ਆਇਆ ਜਿਹੜਾ ਤਾਂ ਸਾਹਮਣੇ ਆ ਗਿਆ, ਜਿਹੜੇ ਖਰਚੇ ਸਾਹਮਣੇ ਨਹੀਂ ਆਏ ਉਹ ਕਿੰਨੇ ਹੋਣਗੇ? ਬਾਹਰ ਮੈਨੂੰ ਬੜੇ ਸੁਣਨ ਵਾਲੇ ਨੇ ਮੇਰੇ NRI ਸਪੋਰਟਰ ਨੇ ਜਿਹੜੇ ਮੈਨੂੰ ਸਪੋਰਟ ਕਰਦੇ ਨੇ, ਅਤੇ ਹਾਂ ਵਧੀਆ ਗੱਲ ਹੈ ਜੇ ਉਹਨਾਂ ਨੂੰ ਸਪੋਰਟ ਕਰਦੇ ਆ, ਪਰ ਬੇਸਿਕਲੀ ਉਹਨਾਂ ਨੂੰ ਵੀ ਤਾਂ ਗੁੰਮਰਾਹ ਹੀ ਕਰਦੇ ਆ। ਕੰਸਰਨ ਇਸ ਗੱਲ ਦਾ ਜੀ, ਇਸ ਗੱਲ ਦੇ ਨਾਲ ਆ ਕਿ ਡਰੱਗ ਮਨੀ ਜਿਹੜਾ ਆ ਉਹ ਆਰਡਰਸ ਦੇ ਵਿੱਚ ਜਿਹੜਾ ਜੇ ਤਾਂ ਦੇਖੋ, ਜੇ ਨਾ ਗਿਲਟੀ ਹੁੰਦੇ
ਇਹਨਾਂ ਨੂੰ ਜੇ ਕਹਿੰਦੇ ਮੈਨੂੰ ਸੁਪਰੀਮ ਕੋਰਟ ਤੋਂ ਰਿਲੀਫ ਮਿਲ ਗਿਆ ਤਾਂ ਨੂੰ ਲੱਗਦਾ ਕਿ ਲੋਅਰ ਕੋਰਟ ਜਿਹੜਾ ਹੈ ਸੁਪਰੀਮ ਕੋਰਟ ਦੇ ਸਾਹਮਣੇ ਖੜ ਸਕਦਾ। ਲੋਅਰ ਕੋਰਟ ਨੇ ਇਹਨਾਂ ਦੀ ਡਿਸਚਾਰਜ ਦੀ ਐਪਲੀਕੇਸ਼ਨ ਡਿਸਮਿਸ ਕਰਤੀ। ਪ੍ਰੋਸੀਡਿੰਗ ਥੋੜਾ ਪੂਰੀ ਪੂਰੀ ਸਟੇ ਹੋ ਸਕਦੀ ਹੈ। ਮੇਨ ਕੇਸ ਤਾਂ FIR 35 ਆ, ਉਹ ਥੋੜਾ ਉਹਦੇ ਤੇ ਥੋੜਾ ਸਟੇ ਲੱਗਿਆ। ਜੇ ਉਹ ਕੁਐਸ਼ ਹੋ ਗਿਆ, ਜੇ ਇਹ ਕਹਿ ਰਹੇ ਆ, ਫਿਰ ਗੁਰਦੇਵ ਸਿੰਘ ਦੇਬੀ ਜੇਲ੍ਹ 'ਚ ਕੀ ਕਰਦਾ? ਰੋਪੜ ਜੇਲ੍ਹ 'ਚ ਉਹਨੂੰ ਵੀ ਬਾਹਰ ਲਿਆਓ। ਫਿਰ ਇਹਦਾ ਮਤਲਬ ਕਿ ਗੁਰਦੇਵ ਸਿੰਘ ਦੇਬੀ ਵੀ ਗੁਨਾਹਗਾਰ ਨਹੀਂ ਆ, ਜਾਂ ਤਾਂ ਦੋਨੇ ਗੁਨਾਹਗਾਰ ਆ ਜਾਂ ਫਿਰ। ਮੇਰੀ ਉਹਦੇ ਨਾਲ ਸਿਰਫ ਇੰਨੀ ਗੱਲ ਹੁੰਦੀ ਸੀ ਜਦੋਂ ਜਿਹੜੀਆਂ ਕਾਲ ਰਿਕਾਰਡਿੰਗਸ ਦੀ ਗੱਲ ਕਰਦੇ ਨੇ ਕਿ ਮੈਂ ਇਹ ਕਹਿੰਦਾ ਹੁੰਦਾ ਸੀ ਤੂੰ ਆਪ ਤਾਂ ਫਸਿਆ ਹੀ ਹੋਇਆ, ਤੂੰ ਮੈਨੂੰ ਵੀ ਨਾਲ ਮਰਵਾਏਗਾ, ਮੈਨੂੰ ਫੋਨ ਨਾ ਕਰ, ਕਿ ਇਸ ਚੀਜ਼ ਦੇ ਨਾਲ ਦੋਸ਼ੀ ਸਾਬਿਤ ਹੋ। ਦੇਖੋ ਜੀ, ਇਕੱਲਾ ਇਹ ਤਾਂ ਹੋ ਗਈ ਕਾਲ ਰਿਕਾਰਡ ਦੀ ਗੱਲ, ਨਾਲ ਆ ਗਈ ਜਿਹੜੇ ਪੈਸੇ ਕਿੱਥੋਂ ਆਏ। ਦੂਜਾ ਗੱਲ ਕਿ ਜਿਹੜਾ ਗੁਰਦੇਵ ਸਿੰਘ ਦੇਬੀ ਦੀ ਕਾਰਵਾਈ ਚੱਲ ਰਹੀ, ਹਾਂ ਸਟੇਟਮੈਂਟ ਦਿੱਤੀ ਗੁਰਦੇਵ ਸਿੰਘ ਦੇਬੀ ਦੀ, ਹਾਂ ਸਟੇਟਮੈਂਟ ਤੁਹਾਨੂੰ ਦਿਖਾ ਦਿੰਦਾ। ਮਾਮਲੇ ਦੇ ਵਿੱਚ ਤਾਂ ਉਹ ਜੇਲ੍ਹ ਜਾ ਕੇ ਆਏ ਨੇ, ED ਦੀ ਕਾਰਵਾਈ ਚੱਲ ਰਹੀ ਹੈ, ਪਰ NDPS ਦੇ ਨਾਲ NDPS ਤਾਂ ਬੇਸਿਕਲੀ ਇਨੀਸ਼ੀਅਲ NDPS ਕਰਕੇ ਤਾਂ ED ਦੀ ਕਾਰਵਾਈ ਚੱਲ ਰਹੀ ਹੈ। ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਜਿਹੜਾ ਮਨੀ ਲਾਂਡਰਿੰਗ ਕਿੱਥੋਂ ਹੁੰਦਾ? ਮਨੀ ਲਾਂਡਰਿੰਗ ਕਹਿੰਦੇ ਕਿਹਨੂੰ ਆ? ਮਨੀ ਲਾਂਡਰਿੰਗ ਇਹਨੂੰ ਕਹਿੰਦੇ ਆ ਕਿ ਇੱਕ ਕੋਈ ਕ੍ਰਾਈਮ ਕਮਿਟ ਕੀਤਾ ਆ, ਉਹ ਤੋਂ ਪੈਸੇ ਜਨਰੇਟ ਹੋ ਰਹੇ ਆ ਕ੍ਰਾਈਮ ਕਰਨ ਤੋਂ, ਉਹ ਤੋਂ ਜਿਹੜਾ ਪੈਸਾ ਆਉਂਦਾ ਆ ਉਹ ਜਿਹੜਾ ਕੰਸਰਨ ਉਹ ED ਦੇ ਨਾਲ ਆ। ED ਤਾਂ ਸਿਰਫ ਇੱਕ ਪੱਖ ਉਹ ਦੇਖ ਰਹੀ ਹੈ ਨਾ ਪੈਸੇ ਵਾਲਾ, ਪਰ ਜਿਹੜਾ NDPS ਵਾਲਾ ਆ, ਜੇ ਕੋਈ ਨਸ਼ਾ ਵੇਚਦਾ ਆ, ਉਹ ਤਾਂ ਬੇਸਿਕਲੀ ਸਟੇਟ ਏਜੰਸੀ ਨੇ ਦੇਖਣਾ ਨਾ, ਉਹ ਫਿਰ ਕਾਰਵਾਈ ਨਾ ਕਰਨ ਆਪਣੀ। ਅਤੇ ਉੱਦਾਂ ਇੱਕ ਪਾਸੇ ਨਸ਼ਾ ਨਸ਼ਾ ਕਰੀ ਜਾਂਦੇ ਕਿ ਨਸ਼ਾ ਬਹੁਤ ਵਿਕਦਾ, ਜਦੋਂ ਕਾਰਵਾਈ ਹੁੰਦੀ ਹੈ ਬੇਸਿਕਲੀ ਇਹਨਾਂ ਨੂੰ ਇਹ ਪਹਿਲਾਂ ਹੀ ਪਤਾ ਸੀਗਾ ਜੀ ਕਿ ਕਾਰਵਾਈ ਮੇਰੇ 'ਤੇ ਹੋਣੀ ਹੈ। ਕਾਰਵਾਈ ਦੇ ਲਈ ਤਾਂ ਮੈਂ ਹਮੇਸ਼ਾ ਤਿਆਰ ਰਹਿੰਦਾ, ਪਹਿਲਾਂ ED ਦੀ ਕਾਰਵਾਈ ਹੋਈ ਹੈ, ਮੈਂ ਨਾਲ ਚੱਲ ਕੇ ਗਿਆ, ਪਰ ਇਹ ਤਾਂ ਜਿਹੜੇ ਬਾਕੀ ਕਾਂਗਰਸ ਦੇ ਲੀਡਰ ਗਵਰਨਰ ਨੂੰ ਇਹ ਲਿਖ ਕੇ ਦੇ ਕੇ ਆਉਂਦੇ ਨੇ ਕਿ ਇਹ ਤਾਂ ਇੱਕ ਤਰ੍ਹਾਂ ਦੀ ਕਿਡਨੈਪਿੰਗ ਹੋਈ ਹੈ, ਨਾ ਤਾਂ ਕੋਈ ਸੰਮਨ ਸੀਗਾ, ਨਾ ਤਾਂ ਕੋਈ ਅਰੈਸਟ ਵਾਰੰਟ ਸੀ, ਨਾ ਕੋਈ ਸੰਮਨ ਸੀ, ਅਤੇ ਨਾ ਹੀ ਚੰਡੀਗੜ੍ਹ ਪੁਲਿਸ ਨੂੰ ਇਨਫੋਰਮ। ਮੈਂ ਬੜੀ ਕਲੀਅਰ ਗੱਲ ਦੱਸਦਾ ਜੀ, ਨੋਨ ਅਵੇਲੇਬਲ ਜਿਹੜੇ ਹੁੰਦੇ ਆ ਨਾ, ਜਿਹੜੇ ਵੀ ਸੈਕਸ਼ਨਸ, ਉਹਦੇ ਵਿੱਚ ਪੁਲਿਸ ਨੂੰ ਜੇ ਇਹ ਲੱਗੇ ਦੇਰ ਇਜ਼ ਸਸਪੀਸ਼ਨ, ਉਹਨਾਂ ਨੂੰ ਇਹ ਉਸ ਗੱਲ ਤੋਂ ਕਨਵਿੰਸ ਹੋਣ ਕਿ ਇਹ ਬੰਦਾ ਭੱਜ ਸਕਦਾ ਆ, ਉੱਥੇ ਵਾਰੰਟ ਦੀ ਜਾਂ ਸੰਮਨ ਦੀ ਲੋੜ ਨਹੀਂ ਹੁੰਦੀ, ਚੱਕ ਸਕਦੇ ਆ। ਪਰ ਉਹ ਤਾਂ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੂੰ ਕੋਰਟ ਨੇ ਐਕਨੋਲੇਜ ਕੀਤਾ, ਤਾਂ ਹੀ ਉਹ ਜੇ ਬਾਹਰ ਕਿਤੇ ਇਲਾਜ ਲਈ ਜਾ ਸਕਦੇ। ਨਹੀਂ, ਇਹ ਹੁਣ ਟੋਟਲੀ ਅਨਰਿਲੇਟਡ ਕੁਐਸਚਨ ਪੁੱਛ ਰਹੇ ਹਾਂ, ਆਪਾਂ ਤਾਂ ਗੱਲ ਕਰਦੇ NDPS ਦੀ। ਹੁਣ ਭੱਜਣ ਦੀ ਗੱਲ ਕੀਤੀ ਹੈ ਨਾ ਕਿ ਭੱਜ ਸਕਦੇ, ਭੱਜ ਸਕਦੇ ਸੀਗੇ, ਭੱਜ ਕੋਰਟ ਨੇ ਨਾਲ ਇਹ ਕੰਡੀਸ਼ਨ ਵੀ ਤਾਂ ਲਾਤੀ ਹੈ, ਨਾਲ ਕਹਿਤਾ ਕਿ ਆਪਣੇ ਜਿਹੜੇ ਜੇ ਤੁਹਾਨੂੰ ਕੋਈ ਬਿਮਾਰੀ ਉਹਦੇ ਮੈਡੀਕਲ ਰਿਕਾਰਡ ਜਮ੍ਹਾਂ ਕਰਾਓ, ਜੇ ਜਿੱਥੇ ਜਾਣਾ ਉਹਦਾ ਵੀਜ਼ਾ ਪਰੂਫ ਰੱਖੋ, ਅਤੇ ਜਿਹੜੀ ਅਪੁਆਇੰਟਮੈਂਟ ਉਹਦਾ ਲੈਟਰ ਰੱਖੋ। ਤੁਸੀਂ ਅਪੁਆਇੰਟਮੈਂਟ ਜਾ ਕੇ ਥੋੜ੍ਹਾ ਲੈਣੀ ਹੈ, ਅਮੈਰੀਕਾ ਜਾਂ ਕੈਨੇਡਾ ਜਾ ਕੇ ਥੋੜ੍ਹਾ ਅਪੁਆਇੰਟਮੈਂਟ ਲਵੋਗੇ, ਉੱਥੇ ਸਗੋਂ ਮੈਂ ਕਹਿੰਦਾ ਕੈਨੇਡਾ ਅਮੈਰੀਕਾ ਲਈ ਤਾਂ ਇੰਡੀਆ ਇਲਾਜ ਕਰਾਉਣ ਆਉਂਦੇ, ਇਹ ਪਹਿਲਾ ਬੰਦਾ ਜਿਹੜਾ ਬਾਹਰ ਜਾ ਰਿਹਾ। ਉੱਥੇ ਤਾਂ ਲੋਕ ਬੇਸਿਕਲੀ, ਉੱਥੇ ਦੀ ਹੈਲਥ ਸਿਸਟਮ ਇੰਨਾ, ਵੇਟਿੰਗ ਟਾਈਮ ਇੰਨਾ ਆ, ਜਾਂ ਖਰਚਾ ਉੱਥੇ ਇੰਨਾ, ਚਲੋ ਇਹ ਉਹਨੂੰ ਛੱਡਦੇ ਹੋਣੇ, ਦੱਸੋ ਕਿ ਉਹ ਖਰਚਾ ਕਿੱਥੋਂ ਆਉਣਾ ਜੇ ਇਲਾਜ ਕਰਾਉਣਾ ਬਾਹਰ, ਇੱਥੋਂ ਬਾਹਰ ਜਾਣਾ ਆ, ਉੱਥੇ ਜਾ ਕੇ ਇਲਾਜ ਕਰਾਉਣਾ ਆ, ਉੱਥੇ ਦਾ ਇਲਾਜ ਇੰਨਾ ਜ਼ਿਆਦਾ ਮਹਿੰਗਾ ਆ, ਇਹਨਾਂ ਦੀ ਇਨਕਮ ਟੈਕਸ ਰਿਟਰਨ ਹੈਗੀ 4 ਲੱਖ, 4 ਲੱਖ ਦੇ ਵਿੱਚ ਟਿਕਟ ਵੀ ਕਰਾਉਣੀ, ਉੱਥੇ ਜਾਣਾ ਵੀ ਆ ਅਤੇ ਇਲਾਜ ਵੀ ਕਰਾਉਣਾ ਆ, ਅਫੋਰਡ ਕਰ ਸਕਦਾ ਬੰਦਾ? ਪਰਪਸ ਕੀ ਲੱਗਦਾ? ਅਤੇ ਨਾਲੇ ਉਸ ਜਿਹੜਾ ਅਲਾਓ ਕੀਤਾ ਕੋਰਟ ਨੇ, ਉਹ ਤੋਂ ਬਾਅਦ ਅਗਲੀ ਤਰੀਕ ਪਾਈ ਸੀ ਕਿ ਲਿਆ ਵੀ ਡਾਕੂਮੈਂਟ ਦੇ, ਔਡਰ ਪਿਆ ਮੇਰੇ ਕੋਲ, ਉਸ ਦਿਨ ਇਹ ਪੇਸ਼ ਕਿਉਂ ਨਹੀਂ ਹੋਇਆ? ਅਰੈਸਟ ਥੋੜ੍ਹਾ ਸੀ ਉਸ ਦਿਨ, ਇਹ ਉਦਣ ਸਕਿੱਪ ਮਾਰ ਗਿਆ। ਅਜਿਹੀਆਂ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਕਿ ਇਨਕਮ ਨਾਲੋਂ ਵੱਧ ਜਿਹੜੇ ਖਰਚੇ, ਅਜਿਹੀਆਂ ਗੱਲਾਂ ਮੈਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ, ਮੰਤਰੀਆਂ ਦੀਆਂ ਚੱਕਦਾ ਸੀ, ਇਸੇ ਗੱਲ ਕਰਕੇ ਮੇਰੇ 'ਤੇ ਕਾਰਵਾਈ ਹੋਈ ਹੈ, ਹੋ ਰਹੀ ਹੈ। ਦੇਖੋ ਜੀ, ਇਹ ਬੇਸਿਕਲੀ ਇਹੀ ਤਾਂ ਕਹਿ ਰਹੇ ਕਿ ਪਰਸੈਪਸ਼ਨ ਕ੍ਰੀਏਟ, ਉਹਨਾਂ ਨੂੰ ਆਲਰੇਡੀ ਪਤਾ ਸੀਗਾ ਕਿ ਹੁਣ ਬਲੀ ਦਾ ਬੱਕਰਾ ਕਿਹਨੂੰ ਬਣਾਈਏ। ਹੁਣ ਮੈਨੂੰ ਇਹ ਪਤਾ ਹੋਵੇ ਕਿ ਮੈਂ ਕਿਸੇ ਚੀਜ਼ ਦਾ ਗਿਲਟੀ ਹਾਂ, ਮੈਨੂੰ ਕਿਤੋਂ ਇਹ ਪੱਕਾ ਪਤਾ ਲੱਗ ਜਾਂਦਾ ਇੰਟੈਲ ਤੋਂ ਕਿ ਮੈਂ ਬਈ ਹੁਣ ਮੈਨੂੰ ਇਹਨਾਂ ਨੇ ਗ੍ਰਿਫਤਾਰ ਕਰਨਾ, ਤਾਂ ਮੈਂ ਉਦੋਂ ਤੋਂ ਇੱਕ ਭੂਮਿਕਾ ਬੰਨਣੀ ਸ਼ੁਰੂ ਕਰ ਦਿੰਦਾ ਕਿ ਗਲਤ ਬੋਲਣਾ, ਮੇਰੀ ਗੱਲ ਪ੍ਰੀ ਪਰਸੈਪਸ਼ਨ ਕ੍ਰੀਏਟ ਕੀਤੀ। ਪ੍ਰੀ ਪਰਸੈਪਸ਼ਨ, ਤੁਸੀਂ ਇੱਕ ਵਾਰੀ ਸੋਚ ਕੇ ਦੇਖੋ ਕਿ ਤੁਸੀਂ ਪੱਤਰਕਾਰੀ ਕਰਦੇ ਹੋ, ਤੁਸੀਂ ਕਿੰਨਿਆਂ ਦੀ ਇੰਟਰਵਿਊ ਲਈ ਹੋਣੀ, ਜਿਹੜੇ ਲੀਡਰ ਆ ਕਿੰਨੀਆਂ ਰੈਲੀਆਂ ਕਵਰ ਕੀਤੀਆਂ ਹੋਣੀਆਂ, ਕਦੀ ਕਿਸੇ ਰੈਲੀ 'ਤੇ ਇੰਨਾ ਘਟੀਆ ਤਰੀਕੇ ਨਾਲ ਬੰਦਾ ਬੋਲਦਾ ਸੁਣਿਆ ਤੁਸੀਂ ਅੱਜ ਤੱਕ? ਕਦੀ ਕਿਸੇ ਦੇ ਪਰਸਨਲ ਕਮੈਂਟ ਕਰਦੇ ਸੁਣੇ ਆ, ਗੰਦੀਆਂ ਗਾਲਾਂ ਕੱਢਦਾ ਸੁਣਿਆ? ਮੈਂ ਤੁਹਾਨੂੰ ਵੀਡੀਓ ਦਿਖਾ ਦੇਣਾ ਇਕੱਲੀ ਇਕੱਲੀ ਗੰਦੀਆਂ ਗਾਲਾਂ ਕੱਢ ਰਿਹਾ। ਉਹਦਾ ਕੰਸਰਨ ਇਹ ਸੀ ਕਿ ਲੋਕਾਂ 'ਚ ਇਹ ਮੈਸੇਜ ਆਵੇ ਕਿ ਬਈ ਸੁਖਪਾਲ ਖਹਿਰਾ ਵੇਹੇ ਨਾ ਹੱਦ ਲੰਘ ਗਿਆ ਸੀ, ਉਹ ਹੱਦ ਲੰਘਣ ਕਰਕੇ ਉਹ ਜਿਹੜਾ ਅਗਲਾ ਅਣਖੀ ਬੰਦਾ ਉਹਨੇ ਐਕਸ਼ਨ ਲੈ ਲਿਆ। ਕਿ ਇੱਕ ਬੰਦਾ ਇੱਕ ਆਪਣੇ ਮਿਆਰ ਤੋਂ ਥੱਲੇ ਉਦੋਂ ਗਿਰਦਾ ਆ ਜਦੋਂ ਉਹਨੂੰ ਪਤਾ ਕਿ ਹੁਣ ਮੇਰੇ ਪੱਲੇ ਪੁੱਲੇ ਕੁਛ ਨਹੀਂ, ਹੁਣ ਮੈਂ ਫਸ ਜਾਣਾ ਆ, ਅਤੇ ਮੈਂ ਹੁਣ ਇਲਜ਼ਾਮ ਕਿਹਦੇ 'ਤੇ ਲਾਉਣਾ? ਇਲਜ਼ਾਮ ਫਿਰ ਭਗਵੰਤ ਮਾਨ ਤਾਂ ਹੈ ਹੀ ਆ। ਮੈਂ ਇਹ ਕਹਿ ਰਿਹਾ ਕਿ ਉਹ ਭਗਵੰਤ ਮਾਨ ਨਹੀਂ ਮੈਟਰ ਕਰਦੇ, ਉੱਥੇ ਪ੍ਰਤਾਪ ਸਿੰਘ ਬਾਜਵਾ ਵੀ ਹੁੰਦੇ,
ਉੱਥੇ ਤੁਸੀਂ ਵੀ ਜੇ ਸੀ ਐਮ ਹੁੰਦੇ ਪਾਵਰ ਵਾਲਾ ਬੰਦਾ ਜੇ ਤੁਸੀਂ ਹੁੰਦੇ ਤਾਂ ਅੱਜ ਨੂੰ ਇਲਜ਼ਾਮ ਤੁਹਾਡੇ 'ਤੇ ਲੱਗਦਾ ਕਿ ਤੁਹਾਡੇ ਘਰ ਦੀਆਂ ਗੱਲਾਂ ਜਾਂ ਤੁਹਾਡੇ ਉੱਤੇ ਕਮੈਂਟ ਗਲਤ ਕੀਤੇ ਜਾਣੇ ਸੀਗੇ ਕਿ ਲੋਕਾਂ 'ਚ ਇਹ ਪਰਸੈਪਸ਼ਨ ਜਾਵੇ ਕਿ ਤੁਹਾਡੇ ਖਿਲਾਫ਼ ਉਹ ਬੋਲਿਆ ਤੁਸੀਂ ਪਾਵਰ 'ਚ ਸੀਗੇ ਤੁਸੀਂ ਉਹਦੇ ਖਿਲਾਫ਼ ਕਾਰਵਾਈ ਕੀਤੀ ਮਤਲਬ ਟੋਟਲ ਐਪੀਸੋਡ ਮੂਡ ਇੱਧਰ ਮੋੜ ਦਿਓ ਮਤਲਬ ਗੱਲ ਜਿਹੜੀ ਅਸਲ 'ਚ ਨਸ਼ਾ ਵੇਚਣ ਦੀ ਜਿਹੜਾ ਅਸਲੀ ਸੀਗਾ ਜਿਹੜਾ ਕਿਉਂਕਿ ਗਿਲਟੀ ਉਸ ਚੀਜ਼ ਦੇ ਜੇ ਗਿਲਟੀ ਨਾ ਹੋਣ ਤਾਂ ਟ੍ਰਾਇਲ ਫੀਸ ਕਰ ਦਿਓ ਕਿਉਂ ਭੱਜੀ ਜਾਂਦੇ ਕਦੀ ਸੁਪਰੀਮ ਕੋਰਟ ਚੱਲ ਜਾ ਕਦੀ ਹਾਈ ਕੋਰਟ ਚੱਲ ਜਾ ਇੱਕ ਨਾਲੇ ਉਹ ਜਿਹੜੀ ਕੈਂਸਰ ਵਾਲੀ ਗੱਲ ਕਰਦੇ ਆ ਜੇ ਇਹਨਾਂ ਨੂੰ ਕੈਂਸਰ ਹੈਗਾ ਆ ਇਹਨਾਂ ਪਹਿਲਾਂ ਵੀ ਗਰਾਊਂਡ ਲਿਆ ਸੀ ਤਾਂ ਇਹ ਤਰੀਕ 'ਤੇ ਪੇਸ਼ ਕਿਉਂ ਨਹੀਂ ਹੋਏ ਅਲਾਓ ਕਰਤਾ ਸੀ ਉਹਨਾਂ ਕੰਡੀਸ਼ਨ ਰੱਖਤੀ ਕਿ ਸਬਜੈਕਟਡ ਟੂ ਇਸ ਤੋਂ ਇਲਾਵਾ ਤੁਸੀਂ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਸੁਖਪਾਲ ਸਿੰਘ ਖਹਿਰਾ ਨੂੰ ਜਿਹੜਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਮਨਸੂਬੇ ਕੀ ਨੇ ਕਿ ਤੁਹਾਡੇ ਪਿਤਾ ਦੇ ਨਾਲ ਇਲੈਕਸ਼ਨ ਲੜੀ ਸੀ ਤਾਂ ਇਸ ਗੱਲ ਤੋਂ ਜਾਂ ਤੁਸੀਂ ਇੱਕ ਵਕੀਲ ਦੇ ਤੌਰ 'ਤੇ ਪੱਖ ਰੱਖਣਾ ਚਾਹੁੰਦੇ ਹੋ ਜਾਂ ਤੁਹਾਨੂੰ ਵਾਕਈ ਪੰਜਾਬ ਹਿਤੈਸ਼ੀ ਹੋ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਕਿ ਨਸ਼ਾ ਦਸਤਕਰ ਨੇ ਦੇਖੋ ਜੀ ਮੈਂ ਬੇਸਿਕਲੀ ਬੋਲਣ ਦਾ ਕਾਰਨ ਇਹ ਆ ਕਿ ਮੇਰਾ ਮੰਨਣਾ ਪਰਸਨਲ ਕਿ ਅੱਗੇ ਵੀ ਮੈਂ ਗੱਲ ਕਰਦਾ ਹੁੰਦਾ ਕਿ ਕਰਪਸ਼ਨ ਦੋ ਤਰੀਕੇ ਦੀ ਹੁੰਦੀ ਇੱਕ ਕਰਪਸ਼ਨ ਹੁੰਦੀ ਐਕਟਿਵ ਕਰਪਸ਼ਨ ਇੱਕ ਹੁੰਦੀ ਪੈਸਿਵ ਐਕਟਿਵ ਕਰਪਸ਼ਨ ਦਾ ਮਤਲਬ ਕਿ ਮੈਂ ਜਾ ਕੇ ਕਿਸੇ ਨੂੰ ਰਿਸ਼ਵਤ ਦੇ ਰਿਹਾ ਜਾਂ ਮੈਂ ਰਿਸ਼ਵਤ ਲੈ ਰਿਹਾ ਕਿ ਮੈਂ ਪਾਰਟ ਹਾਂ ਉਹਦਾ ਪੈਸਿਵ ਦਾ ਮਤਲਬ ਹੈਗਾ ਕਿ ਮੈਨੂੰ ਪਤਾ ਗਲਤ ਕੰਮ ਹੋ ਰਿਹਾ ਆ ਪਰ ਮੈਂ ਉਹਨੂੰ ਅਲਾਓ ਕਰ ਰਿਹਾ ਮੈਂ ਕਿਤੇ ਰਿਪੋਰਟ ਨਹੀਂ ਕਰ ਰਿਹਾ ਆਪਦੇ ਵਿੱਚ ਅਜਿਹੇ ਗਲਤ ਕੰਮ ਬਹੁਤ ਲੋਕ ਕਰ ਰਹੇ ਹੋਣਗੇ ਇਕੱਲੇ ਸੁਖਪਾਲ ਖਹਿਰਾ ਨੂੰ ਲੈ ਕੇ ਤੁਸੀਂ ਉਹਨਾਂ ਦੇ ਪ੍ਰੂਫ ਚੱਕੀ ਫਿਰਦਾ ਜੀ ਮੈਂ ਉਹਨਾਂ ਦੇ ਵੀ ਪ੍ਰੂਫ ਚੱਕੀ ਫਿਰਦਾ ਹਾਂ ਬਹੁਤ ਕੇਸ ਕੀਤੇ ਆ ਲੜ ਰਿਹਾ ਉਹ ਜੇ ਤੁਹਾਨੂੰ ਉਹਦਾ ਵੀ ਰਿਕਾਰਡ ਚਾਹੀਦਾ ਇਟਸ ਨੋਟ ਅਬਾਊਟ ਸੁਖਪਾਲ ਸਿੰਘ ਖਹਿਰਾ ਓਨਲੀ ਰਾਣਾ ਗੁਰਜੀਤ ਦੇ ਖਿਲਾਫ ਵੀ ਸੀਗਾ ਮੈਂ ਕੇਸ ਲੜਿਆ ਉਹਦੀ ਫਾਈਲ ਮੇਕੋ ਲੈ ਲਓ ਉਹਨੂੰ ਛੱਡੋ ਸਾਡੇ ਉੱਥੇ ਭਲੱਥ ਹਲਕੇ 'ਚ ਜੇ ਕੋਈ ਗਲਤ ਕੰਮ ਹੁੰਦਾ ਆ ਉਹ 'ਚ ਮੈਂ ਤੁਹਾਨੂੰ 36 ਇੱਦਾਂ ਦੇ ਦਿਖਾ ਦਿੰਦਾ ਜਿੱਥੇ ਮੈਂ ਬੇਸਿਕਲੀ ਐਪਲੀਕੇਸ਼ਨਸ ਲਿਖਦਾ ਹਾਂ ਮੈਂ ਉਹਨੂੰ ਬਾਅਦ 'ਚ ਫੋਲੋ ਅਪ ਕਰਦਾ ਜਿਹੜੇ ਗਲਤ ਕੰਮ ਹੁੰਦੇ ਉਹ 'ਚ ਇਕੱਲਾ ਉਹ ਨਹੀਂ ਉਹ ਵਿੱਚ ਕਈ ਅੱਜ ਕੱਲ੍ਹ ਕਿਸਾਨ ਲੀਡਰ ਬਣੇ ਫਿਰਦੇ ਆ ਉੱਦਾਂ ਵੇਖੋ ਕਿਸਾਨਾਂ ਦੀ ਇਮੇਜ ਕਿੰਨੀ ਚੰਗੀ ਹੈ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦਾ ਕਿ ਉਹ ਘੱਟੋ ਘੱਟ ਵੇਰੀਫਾਈ ਕਰੋ ਨਕਲੀ ਦੁੱਧ ਵਿੱਚ ਜਾਂਦੇ ਉਹਦੀ ਐਪਲੀਕੇਸ਼ਨ ਮੈਂ ਲਿਖੀ ਉਹ ਹੁਣ ਉਹ ਵੀ ਸੁਖਪਾਲ ਖਹਿਰਾ ਥੋੜ੍ਹਾ ਆ ਬੇਸਿਕਲੀ ਉਹ ਗਲਤ ਕੰਮ ਹੋ ਰਿਹਾ ਉਹਦਾ ਕਿਸੇ ਨੂੰ ਨੁਕਸਾਨ ਹੋ ਰਿਹਾ ਪਬਲਿਕ ਨੂੰ ਅਤੇ ਮੈਂ ਉਹਦੇ ਖਿਲਾਫ਼ ਸਟੈਂਡ ਲੈ ਰਿਹਾ ਸੋ ਇਸ ਤਰੀਕੇ ਦੇ ਨਾਲ ਐਡਵੋਕੇਟ ਹਰਸਿਮਰਨ ਦਾ ਇਹ ਕਹਿਣਾ ਕਿ ਇਹ ਜਿਹੜੀ ਬਣਦੀ ਕਾਰਵਾਈ ਕੋਰਟ ਜਾਂ ਜਿਹੜੀ ਪ੍ਰੋਸੀਡਿੰਗ ਸਾਰੀਆਂ ਇਹ ਕਾਨੂੰਨੀ ਤਰੀਕੇ ਦੇ ਨਾਲ ਹੋ ਰਹੀਆਂ ਨੇ ਸੁਖਪਾਲ ਖਹਿਰਾ ਵੱਲੋਂ ਇਹ ਗਰਾਊਂਡ ਬਣਾਇਆ ਜਾ ਰਿਹਾ ਕਿ ਜੇ ਮੈਂ ਆਮ ਆਦਮੀ ਪਾਰਟੀ ਦੇ ਖਿਲਾਫ਼ ਬੋਲਦਾ ਸੀ ਇਸ ਕਰਕੇ ਮੇਰੇ 'ਤੇ ਕਾਰਵਾਈ ਹੋਈ ਆ ਤੁਸੀਂ ਇਹ ਸਾਰੇ ਚੀਜ਼ ਨੂੰ ਲੈ ਕੇ ਕੀ ਰਾਏ ਰੱਖਦੇ ਹੋ ਸਾਡੇ ਨੀਚੇ ਉੱਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰਾ ਪਰਸਨ ਬਿੰਦੇਸ਼ ਦੇ ਨਾਲ ਸ਼ੈਸ਼ਵ ਨਾਗਰਾ ਚੰਡੀਗੜ੍ਹ